ਇਹ ਜੀ ਵੇਖੋ, ਜਿਹੜੀ ਸਰਕਾਰ ਦੀ ਨੀਤੀ ਪੋਲਸੀ ਆ ਕਾਂਗਰਸ ਸਰਕਾਰ ਦੀ, ਵੇਖਣ 'ਚ ਇਹੋ ਜਿਹੀ ਹੁੰਦੀ ਹੋਣ 'ਚ ਆਈ ਹੈ ਸਰਕਾਰ, ਇਹ ਲੋਕ ਮਾਰੂ ਪੋਲਸੀਆਂ ਅਤੇ ਨੀਤੀਆਂ ਲੈ ਕੇ ਆਈ ਹੈ। ਜੇ ਲੋਕ ਹਿੱਤ ਦੇ ਵਿੱਚ ਸੇਵਾ ਕੇਂਦਰ ਬਣੇ ਸੀ, ਜਿੱਥੋਂ ਲੋਕਾਂ ਨੂੰ ਫੈਸਿਲਿਟੀ ਮਿਲਦੀ, ਕੋਈ ਆਪਣਾ ਡੈਥ ਸਰਟੀਫਿਕੇਟ, ਕੋਈ ਲਾਇਸੈਂਸ ਡਿਊ ਕਰਾਉਣਾ, ਕੋਈ ਹੋਰ ਫਰਦ ਲੈਣੀ ਆ ਜਾਂ ਕੋਈ ਹੋਰ ਚੀਜ਼ਾਂ ਲੈਣੀਆਂ ਇੱਥੋਂ, ਜਿੰਨੀਆਂ ਵੀ ਲੋਕ ਹਿੱਤ ਦੀਆਂ ਚੀਜ਼ਾਂ ਸੀ ਸਾਰੀਆਂ ਇੱਥੋਂ ਫੈਸਿਲਿਟੀਆਂ ਮਿਲਦੀਆਂ ਸੀ। ਪਰ ਸਰਕਾਰ ਤਰਨ ਤਾਰਨ ਜ਼ਿਲ੍ਹੇ ਦੇ 98 ਕੇਂਦਰਾਂ ਦੇ ਵਿੱਚੋਂ ਸਾਨੂੰ ਪਤਾ ਲੱਗਾ ਵੀ ਜਿਹਦੇ ਵਿੱਚ ਸਿਰਫ 20 ਰੱਖਣਾ ਚਾਹੁੰਦੀ, ਹੌਲੀ ਹੌਲੀ ਉਹ 20 ਵੀ ਕੱਢ ਦੇਣੇ ਆ। ਹੁਣ ਬੰਦ, ਹਰ ਚੀਜ਼ ਬੰਦ, ਨਸ਼ਾ ਤਾਂ ਸਮਾਜ ਵਿਰੋਧੀ, ਉਹ ਤਾਂ ਬੰਦ ਕਰਤਾ। ਹੁਣ ਜੋ ਸੇਵਾ ਕੇਂਦਰ ਕੀ ਸਮਾਜ ਵਿਰੋਧੀ ਗੱਲ ਆ, ਇਹਨੂੰ ਵੀ ਬੰਦ ਕਰਨ 'ਤੇ ਸਰਕਾਰ ਇਹ ਤੁੱਲੀ ਹੋਈ ਆ। ਇਹਦੇ ਨਾਲ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਸੀ, ਮੰਨ ਲਓ 100 ਨੌਜਵਾਨ ਨੂੰ ਰੁਜ਼ਗਾਰ ਮਿਲਿਆ ਸੀ ਉਹਦੇ ਵਿੱਚ, ਅਤੇ ਉਹ ਨੌਜਵਾਨ ਜਿਹੜੇ 8-9-10 ਹਜ਼ਾਰ ਰੁਪਈਏ ਦੇ ਵਿੱਚ ਉਹ ਕੰਮ ਕਰਦੇ ਸੀ, ਉਹ ਵੀ ਵਾਂਝੇ ਹੋ ਗਏ, ਬੇਰੁਜ਼ਗਾਰ ਹੋ ਗਏ। ਇਹ ਬਹੁਤ ਮਾੜੀ ਗੱਲ ਆ, ਕਿਉਂਕਿ ਲੋਕਾਂ ਨੂੰ ਜਿਹੜੀ ਫੈਸਿਲਿਟੀ ਮਿਲਦੀ ਸੀ ਉਹ ਫੈਸਿਲਿਟੀ ਜਿਹੜੀ ਆ, ਹੁਣ ਇੱਥੋਂ ਲੋਕ ਜਾਣਗੇ 5 ਕਿਲੋਮੀਟਰ ਦੇ 10 ਕਿਲੋਮੀਟਰ ਦੇ ਦਰੇ ਜਾਣਗੇ ਜਾ ਕੇ, ਉੱਥੇ ਪਹਿਲਾਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ। ਅਤੇ ਜਿਹੜੇ ਪਿੰਡਾਂ ਦੇ ਵਿੱਚ ਇਹ ਕੇਂਦਰ ਖੋਲ੍ਹੇ ਗਏ ਸੀ, ਇਹਨੂੰ ਲੋਕਾਂ ਨੇ ਮੰਨਿਆ, ਕੁਝ ਗੱਲਾਂ ਹੁੰਦੀਆਂ ਲੋਕ ਮੰਨਦੇ ਨਹੀਂ ਗੇ, ਪਰ ਇਹਨੂੰ ਮੰਨਿਆ ਕਿਉਂਕਿ ਇਹਦੀ ਫੈਸਿਲਿਟੀ ਬਹੁਤ ਜ਼ਿਆਦਾ ਆ ਲੋਕਾਂ ਨੂੰ ਮਿਲਦੀ। ਅਤੇ ਇਹ ਸੇਵਾ ਕੇਂਦਰ ਅਸੀਂ ਤਾਂ ਕਹਿੰਦੇ ਹਾਂ ਬਿਲਕੁਲ ਬੰਦ ਨਹੀਂ ਹੋਣੇ ਚਾਹੀਦੇ, ਇਹ ਰਹਿਣੇ ਚਾਹੀਦੇ ਆ, ਕਿਉਂਕਿ ਗਰੀਬ ਔਰਤਾਂ ਜਿਹੜੀਆਂ ਉਹਨਾਂ ਦੇ ਕੋਲ ਇਹ ਉਹਨਾਂ ਦੇ ਲੱਤਾਂ ਗੋਡੇ ਕੰਮ ਨਹੀਂ ਕਰਦੇ, ਬਜ਼ੁਰਗ ਹੁੰਦੇ ਆ, ਉਹਨਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ। ਅਤੇ ਪਿੰਡ ਦੇ ਵਿੱਚ ਇੱਥੇ ਤਾਂ ਬਹੁਤ ਸਹੂਲਤਾਂ ਸੀ ਜਿਹੜੀਆਂ ਨਾ, ਕੋਈ ਵਿਚਾਰਾ ਗਰੀਬ ਜਿਹੜਾ ਸ਼ਹਿਰ ਪਹੁੰਚਣ ਜੋਗਾ ਨਹੀਂ, ਬਿਜਲੀ ਦੇ ਬਿੱਲ ਤੱਕ ਤਰਦੇ ਸੀ, ਪਿਲਸਣਾਂ ਦੇ ਕਾਗਜ਼ਾਂ ਉਹਨਾਂ ਦੇ ਇੱਥੋਂ ਸਭ ਕੁਛ ਹੁੰਦਾ ਸੀ, ਉਹ ਇਹ ਸਾਰਾ ਰੁਕ ਜਾਊਗਾ। ਅਤੇ ਲੋਕ ਉੱਥੇ ਭੀੜਾਂ ਦੇ ਵਿੱਚ ਜਾਣਗੇ ਅਤੇ ਉੱਥੇ ਸ਼ਹਿਰਾਂ ਦੇ ਵਿੱਚ ਭੀੜ ਹੋਊਗੀ, ਹੋਰ ਵਧੂਗੀ। ਇੱਥੇ ਸਹੂਲਤ ਪਿੰਡਾਂ ਦੇ ਵਿੱਚ ਸੀ, ਜੋ ਪਿੰਡਾਂ ਦੀ ਸਹੂਲਤ, ਲੱਖਾਂ ਕਰੋੜਾਂ ਰੁਪਈਆ ਲਾ ਕੇ ਇਹਨੂੰ ਤਿਆਰ ਕੀਤਾ ਸੀ, ਜਿਹੜੇ ਇੱਥੇ ਕੰਮ ਕਰਨ ਵਾਲੇ ਉਹ ਵੀ ਬੇਰੁਜ਼ਗਾਰ ਹੋ ਗਏ ਅਤੇ ਕੋਈ ਸਹੂਲਤ ਨਹੀਂ। ਇਹ ਸਹੂਲਤ ਢਾਉਣ 'ਤੇ ਆ ਗਏ, ਦੂਜੀ ਸਰਕਾਰ ਆਉਂਦੀ ਆ ਢਾ ਜਾਂਦੀ ਆ, ਇੱਕ ਬਣਵਾ ਜਾਂਦੀ ਆ, ਇਹ ਤਾਂ ਚੱਲਦਾ ਰਹਿਣਾ ਚਾਹੀਦਾ। ਇਹ ਸਾਰਿਆਂ 'ਤੇ ਸਹੂਲਤ ਸੀ, ਹੋਰ ਬਿੱਲ ਇੱਥੋਂ ਕੋਈ ਗਰੀਬ ਔਰਤ ਜਨਾਨੀ ਆਣ ਕੇ ਹੀ ਬਿੱਲ ਤਾਰ ਜਾਂਦੀ ਸੀ, ਹੋਰ ਜੇ ਪਿਲਸਣਾਂ ਦੇ ਕਾਗਜ਼ ਸੀ ਸਾਰੇ ਇੱਥੋਂ ਆਨਲਾਈਨ ਹੋ ਜਾਂਦੇ ਸੀ, ਸਭ ਕੁਝ ਇੱਥੇ ਚੱਲਦਾ ਸੀ ਕੰਮ ਵਧੀਆ, ਕੋਈ ਫਰਦ ਲੈਣੀ ਦੀ ਕਿਸੇ ਨੇ, ਕੋਈ ਜੋ ਵੀ ਇੱਥੇ ਕੰਮ ਸਾਰੇ ਵਧੀਆ ਚੱਲਦੇ ਸੀ। ਹੁਣ ਜਿਹੜੇ ਇਹ ਬੰਦ ਕਰਨ ਦੇ ਵਿੱਚ ਲੋਕਾਂ ਨੂੰ ਬਹੁਤ ਦਿੱਕਤ ਆਊਗੀ, ਬਹੁਤ ਖਿਆਈ ਆਊਗੀ, ਡੀਸੀ ਦਫ਼ਤਰ ਜਾਣਗੇ, ਉੱਥੇ ਤਾਂ ਆਖਰ ਦੀ ਅੱਗੇ ਹੀ ਭੀੜ ਆ। ਇਹਦੇ ਵਿੱਚ ਪਹਿਲਾਂ ਜਦੋਂ ਬਣਾਏ ਗਏ ਸੀ ਉਦੋਂ ਇਹ ਓਬਜੈਕਟਿਵ ਸੀ ਕਿ ਲੋਕਾਂ ਦੇ ਬਿਲਕੁਲ ਡੋਰ ਸਟੈਪ 'ਤੇ ਚੱਲ ਜਾਈਆਂ ਸੀ ਸਰਵਿਸ ਦੇਣ, ਪਰ ਉਹਦੇ ਵਿੱਚ ਇਸ਼ੂ ਇਹ ਸੀ ਕਿ ਨੰਬਰ ਆਫ ਸਰਵਿਸ ਜਿਹੜੇ ਦਿਨ 'ਚ ਲੋਕ ਜਿਹੜੇ ਸਰਵਿਸ ਲੈਣ ਆਉਂਦੇ ਸੀ ਉਹ ਜਿੰਨਾ ਉੱਤੋਂ ਫਾਈਨਾਂਸ ਆਉਂਦਾ ਸੀ ਉਹਦੇ ਨਾਲ ਬਿਜਲੀ ਪਾਣੀ ਦਾ ਪਲੱਸ ਓਪਰੇਟਰ ਦੇ ਖਰਚੇ ਪਲੱਸ ਡਾਕ ਦੇਣ ਵਾਲੇ ਦੇ ਖਰਚੇ, ਉਹ ਖਰਚੇ ਪੂਰੇ ਨਹੀਂ ਹੁੰਦੇ ਸੀ, ਸੋ ਕੰਪਨੀਆਂ ਲਈ ਇਹ ਵਾਇਬਲ ਨਹੀਂ ਸੀ, ਫਾਈਨੈਂਸ਼ਲੀ ਵਾਇਬਲ ਨਹੀਂ ਸੀ। ਸੋ ਉਹ ਫਾਈਨੈਂਸ਼ੀਅਲ ਵਾਇਬਲ ਨਾ ਹੋਣ ਕਰਕੇ ਕੰਪਨੀ ਨੂੰ ਇੱਕ ਗੈਪ ਫੰਡਿੰਗ ਜਿਹੜੀ ਆ ਉਹ ਦੇਣੀ ਪੈਂਦੀ ਸੀ ਸਰਕਾਰ ਵੱਲੋਂ। ਕੰਪਨੀ ਜਿਹੜੇ ਸਰਵਿਸ ਦਿੰਦੀ ਸੀ ਉਹਦੇ ਵਿੱਚੋਂ ਅੱਧੇ ਪਾਸੇ ਤਾਂ ਉਹਨੂੰ ਮਿਲਦੇ ਸੀ, ਪਰ ਨਾਲ ਹੀ ਜਿਹੜੇ ਉਹਨੂੰ ਕਮਿਟ ਕੀਤਾ ਸੀ ਗੌਰਮੈਂਟ ਨੇ ਵੀ ਅਸੀਂ ਇਹ ਸਰਵਿਸਿਸ ਦੇਵਾਂਗੇ ਤੁਹਾਨੂੰ ਅਤੇ ਤੁਸੀਂ ਇੰਨੇ ਪੈਸੇ ਤੁਹਾਨੂੰ ਮਿਲਿਆ ਕਰਨਗੇ, ਜਿਹੜੇ ਉਦੋਂ ਕਮਿਟਮੈਂਟ ਅਤੇ ਪੈਸੇ ਗੈਪ ਹੁੰਦਾ ਸੀ ਉਹ ਗੈਪ ਗੌਰਮੈਂਟ ਨੂੰ ਫੰਡ ਕਰਨਾ ਪੈਂਦਾ ਸੀ। ਇਸ ਕਰਕੇ ਦੋਵੇਂ ਚੀਜ਼ਾਂ ਨੂੰ ਵੇਖਦੇ ਹੋਏ ਗੌਰਮੈਂਟ ਨੇ ਨੰਬਰ ਆਫ ਜਿਹੜੇ ਸੇਵਾ ਕੇਂਦਰ ਘਟਾਏ ਆ। ਹਾਂਜੀ, ਇੱਕ ਸੇਵਾ ਕੇਂਦਰ ਨਾਲ ਹੁਣ ਵੱਧ, ਮਤਲਬ ਤੁਸੀਂ ਵੇਖ ਲਓ ਸਾਡੇ 549 ਗ੍ਰਾਮ ਪੰਚਾਇਤਾਂ ਹੈਗੀਆਂ, ਤਾਂ 549 ਗ੍ਰਾਮ ਪੰਚਾਇਤਾਂ ਜਿਹੜੀਆਂ ਉਹ 22 ਸੈਂਟਰਾਂ ਉੱਤੇ ਕੇਟਰ ਕਰਿਆ ਕਰਾਂਗੇ।